हाँ जी, हाँ जी, नाम नीलम है जी। नीलम जी, ਤੁਹਾਡੇ ਵਾਰਡ ਨੰਬਰ 43 ਤੋਂ ਜਿਹੜੇ ਬੰਦੀ ਜੀ ਖੜੇ, ਕਿਹੋ ਜਿਹੇ ਇਨਸਾਨ ਨੇ ਕੀ ਕਰਨਾ ਚਾਹੋ? ਬਹੁਤ ਅੱਛੇ ਇਨਸਾਨ ਆ ਜੀ, ਸਭ ਦੇ ਦੁੱਖ ਸੁੱਖ ਦੇ ਸਾਥੀ ਆ, ਹਰ ਮੁਸ਼ਕਲ ਦੇ ਵਿੱਚ ਖੜੇ ਹੁੰਦੇ ਸਾਡੇ ਨਾਲ, ਮਹੱਲੇ ਦੇ ਵਿੱਚ ਇਹਨਾਂ ਦਾ ਬਹੁਤ ਰਸੂਖ ਆ ਜੀ, ਦੁੱਖ ਸੁੱਖ ਦੇ ਸਾਂਝੀ ਆ ਤੇ ਅੱਛੇ ਆ, ਸੁਭਾਅ ਬਹੁਤ ਅੱਛਾ, ਸਭ ਮਿਲਨਸਾਰ ਬਹੁਤ ਅੱਛੇ ਆ, ਇਸ ਕਰਕੇ ਅਸੀਂ ਇਹਨਾਂ ਨੂੰ ਵੋਟ ਪਾਵਾਂਗੇ ਤੇ ਜਿੱਥੇ ਤੱਕ ਹੋਇਆ ਬਾਹਰ ਲਾਵਾਂਗੇ, ਵੋਟ ਔਰ ਸਪੋਰਟ ਦੋਨੇ ਹੀ ਅਸੀਂ ਸਾਰਾ ਮਹੱਲਾ ਇਹਨਾਂ ਨੂੰ ਦੇਵਾਂਗੇ। ਥੈਂਕ ਯੂ। ਮੀਰਾ ਜੀ, ਤੁਹਾਡੇ ਵਾਰਡ 'ਚ ਜਿਹੜੇ ਬਬਲੀ ਜੀ ਇਲੈਕਸ਼ਨ ਲੜ ਰਹੇ, ਕਿਹੋ ਜਿਹੇ ਇਨਸਾਨ ਨੇ ਕੀ ਕਰਨਾ ਚਾਹੋਗੇ? ਇਹ ਸਾਡੀ ਵਾਰਡ ਨੰਬਰ 43 ਤੋਂ ਬਬਲੀ ਜੀ ਖੜੇ ਨੇ, ਇਹ ਬਹੁਤ ਵਧੀਆ ਇਨਸਾਨ ਆ, ਇਹ ਕਾਫੀ ਚੰਗੇ ਇਨਸਾਨ ਆ, ਕਾਫੀ ਸੁਧਾਰ ਕਰਨਗੇ ਇਹ। ਹੁਣ ਜਦੋਂ MC ਬਣ ਜਾਏ ਤਾਂ ਤੁਸੀਂ ਕੀ ਉਮੀਦ ਰੱਖਦੇ ਹੋ? ਸਾਨੂੰ ਇਹਨਾਂ ਤੋਂ ਬਹੁਤ ਉਮੀਦ ਹੈ, ਇਹ ਕਾਫੀ ਕੁਛ ਸਵਾਰਨਗੇ ਸਾਡੀ ਵਾਰਡ ਦਾ। ਸਾਹਿਬ ਕਹਿੰਦੇ, ਮੈਨੂੰ ਸਤਨਾਮ ਸਿੰਘ ਮੇਰਾ ਨਾਂ ਆ। ਸਰ, ਜਿਹੜੇ ਤੁਹਾਡੇ ਵਾਰਡ ਦੇ ਵਿੱਚ ਬਬਲੀ ਜੀ ਕੈਂਡੀਡੇਟ ਹੈ, ਉਹਨਾਂ ਤੋਂ ਤੁਹਾਨੂੰ ਕੀ ਕੀ ਉਮੀਦਾਂ ਇਲੈਕਸ਼ਨ ਲੜ ਰਹੇ ਅਕਾਲੀ ਦਲ ਦੇ ਟਿਕਟ ਤੋਂ? ਬਹੁਤ ਵਧੀਆ ਕੈਂਡੀਡੇਟ ਆ, ਸ਼ਾਇਦ ਉਹਨਾਂ ਦੇ ਉਹਨਾਂ ਨੂੰ ਕੰਪੇਅਰ ਕੋਈ ਵੀ ਨਾ ਕਰਦਾ ਹੋਵੇ ਇੱਥੇ, ਇੰਨੇ ਵਧੀਆ ਨਾ, ਬਹੁਤ ਚੰਗੇ ਆ। ਕੀ ਕੀ ਉਮੀਦ? ਬਹੁਤ ਅਸਰ ਸੂਕ ਆ, ਅਤੇ ਇਸ ਤੋਂ ਪਹਿਲਾਂ ਵੀ ਕਦੀ ਵੀ ਕੋਈ ਕੰਮ ਪੈ ਜਾਂਦਾ, ਉਹ ਬਹੁਤ ਨਾਲ ਹੋ ਕੇ ਮਦਦ ਕਰਦੇ ਆ, ਅਤੇ ਉਹਦੇ ਤੋਂ ਸਾਨੂੰ ਅੱਗੇ ਵੀ ਉਮੀਦ ਆ ਵੀ ਬਹੁਤ ਮਦਦ ਕਰਨਗੇ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਆਉਣ ਅਤੇ ਨਾਲੇ ਸੇਵਾ ਕਰਨ, ਅਤੇ ਸਾਨੂੰ ਇਹੋ ਜਿਹੇ ਕੈਂਡੀਡੇਟ ਚਾਹੀਦੇ ਆ। ਤੁਸੀਂ ਵਾਰਡ ਨੰਬਰ 43 ਤੋਂ ਅਕਾਲੀ ਦਲ ਦੀ ਟਿਕਟ ਉੱਤੇ ਇਲੈਕਸ਼ਨ ਲੜ ਰਹੇ ਹੋ, ਕੀ ਕਹਿਣਾ ਚਾਹੋਗੇ? ਮੈਂ 10 ਸਾਲ ਤੋਂ ਦੇਖ ਰਹੀ ਹਾਂ ਕਿ ਕਾਂਗਰਸ ਪਾਰਟੀ ਨੇ ਕੁਛ ਨਹੀਂ ਉੱਧਰਲੀ 43 ਨੰਬਰ ਵਾਰਡ ਦਾ ਕੁਛ ਸੁਧਾਰ ਨਹੀਂ ਕੀਤਾ, ਕਿ ਮੈਨੂੰ ਮੇਰੇ ਮੁਹੱਲੇ ਵਾਲਿਆਂ ਨੇ ਸਾਥ ਦਿੱਤਾ, ਕਹਿੰਦੇ ਕਿ ਤੁਸੀਂ ਇਲੈਕਸ਼ਨ ਲੜੋ, ਅਕਾਲੀ ਦਲ ਪਾਰਟੀ ਵਾਲਿਆਂ ਨੇ ਮੈਨੂੰ ਟਿਕਟ ਦਿੱਤੀ ਆ, ਉਹ ਕਹਿ ਰਹੇ ਨੇ ਕਿ ਤੁਸੀਂ ਪਬਲਿਕ ਦਾ ਸੁਧਾਰ ਕਰੋ। ਹੁਣ ਤੁਹਾਨੂੰ ਲੋਕਾਂ ਵੱਲੋਂ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ? ਬਹੁਤ ਵਧੀਆ, ਮੈਨੂੰ ਮੈਂ ਜਾਣੀ ਹਾਂ ਜਦੇ ਘੁੰਮਣ ਦੌਰਾ ਕਰਨ ਤਾਂ ਮੈਨੂੰ ਬੜਾ ਸਾਥ ਦਿੰਦੇ ਨੇ। ਆਉਣ ਵਾਲੇ ਭਵਿੱਖ ਵਿੱਚ ਜਦੋਂ ਤੁਸੀਂ MC ਬਣ ਜਾਓਗੇ, ਤੁਸੀਂ ਕਿਹੋ ਜਿਹਾ ਵਿਕਾਸ ਕਰੋਗੇ ਲੋਕਾਂ? ਮੈਂ ਜਿੱਦਾਂ ਮੈਨੂੰ ਸਾਰੇ ਕਹਿਣਗੇ ਮੈਂ ਉਹਦੇ ਨਾਲ ਚੱਲੂੰਗੀ। ਮਨਜੀਤ ਕੌਰ ਜੀ, ਜਿਹੜੇ ਤੁਹਾਡੇ ਵਾਰਡ 'ਚ ਬਬਲੀ ਜੀ ਇਲੈਕਸ਼ਨ ਲੜ ਰਹੇ ਆ, ਕੀ ਉਮੀਦਾਂ ਵਾ ਤੁਹਾਡੀਆਂ? ਮੈਨੂੰ ਪੂਰੀ ਹੋਪ ਹੈ ਕਿ ਉਹ ਸਾਡੇ ਅੱਛਾ ਵਿਕਾਸ ਕਰਨਗੇ, ਸਾਡੀਆਂ ਗਲੀਆਂ ਨੂੰ ਪੱਕਾ ਕਰਾਉਣਗੇ, ਸਾਡੇ ਏਰੀਏ ਦੇ ਵਿੱਚ ਹੋਰ ਕੋਈ ਮੰਗ ਨਹੀਂ ਕਿਸੇ ਦੀ ਹੈਗੀ, ਸਾਨੂੰ ਇਹੀ ਹੈ ਕਿ ਸਾਡੀ ਗਲੀ ਪੱਕੀ ਹੋ ਜੇ, ਸਾਫ਼ ਸੁਥਰਾ ਹੋਵੇ, ਸਾਡੀ ਕਲੋਨੀ ਸਾਫ਼, ਬਸ ਹੋਰ ਨਹੀਂ ਸਾਡੀ ਕੋਈ ਵਿਸ਼ ਹੈਗੀ। ਬਾਕੀ ਉਹ ਬਹੁਤ ਅੱਛੇ ਇਨਸਾਨ ਨੇ, ਮੈਂ ਉਹਨਾਂ ਨੂੰ ਬਹੁਤ ਦੇਰ ਤੋਂ ਜਾਣਦੀ ਹਾਂ, ਉਹਨਾਂ ਦੇ ਬੇਟੇ ਨਾਲ, ਬੇਟਾ ਵੀ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਮੈਨੂੰ ਆਪਣਾ ਬੇਟਾ ਗਗਨ ਔਰ ਕਮਲ, ਕੋਈ ਫਰਕ ਨਹੀਂ ਆਏਗਾ ਬੱਚਿਆਂ ਵਿੱਚ, ਪਰ ਅਸੀਂ ਉਹਨਾਂ ਨੂੰ ਜਿਤਾਵਾਂਗੇ ਵੀ। ਆਈ ਬਲਜੀਤ ਸਿੰਘ ਜੀ, ਤੁਸੀਂ ਪਹਿਲਾਂ ਵੀ MC ਰਹਿ ਚੁੱਕੇ ਹੋ, ਹੁਣ ਵੀ ਤੁਸੀਂ ਵਾਰਡ ਨੰਬਰ 22 ਤੋਂ ਇਲੈਕਸ਼ਨ ਲੜ ਰਹੇ ਹੋ, ਕਿਹੋ ਜਿਹਾ ਤਜਰਬਾ, ਕੀ ਕਹਿਣਾ ਚਾਹੋਗੇ? ਮੇਰਾ ਜੀ, ਪਹਿਲਾਂ ਵੀ ਸੋਸ਼ਲ ਵਰਕਰ ਸੀਗਾ, ਮੈਂ ਕੰਮ ਲੋਕਾਂ ਦੇ ਕਰੀਦੇ ਸੀਗੇ, ਅਤੇ ਰਾਣਾ ਜੀ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਮੈਨੂੰ ਟਿਕਟ ਦਿੱਤੀ, ਅਤੇ ਲੋਕਾਂ ਦਾ ਮੇਰਾ ਪਿਆਰ ਆ, ਦਿਲ ਹੀ ਪਿਆਰ ਆ ਲੋਕਾਂ ਦਾ, ਅਤੇ ਘਰ ਘਰ ਲੋਕਾਂ ਦੇ ਜਾ ਕੇ ਪਿਆਰ ਨਾਲ ਕੰਮ ਕੀਤੇ ਲੋਕਾਂ ਦੇ, ਅਤੇ ਲੋਕਾਂ ਨੇ ਮੈਨੂੰ ਜਿਤਾਇਆ, ਅਤੇ ਹੁਣ ਵੀ ਰਾਣਾ ਜੀ ਨੇ ਸਾਡੇ 'ਤੇ ਮਾਣ ਬਖਸ਼ਿਆ, ਸਾਨੂੰ ਆਇਆ ਆਪਣਾ 22 ਨੰਬਰ ਵਾਰਡ ਆ, ਸਾਡੇ ਵਾਰਡ ਅੱਗੇ ਬਹੁਤ ਵੱਡਾ ਸੀ, ਹੁਣ ਉਹਦੇ 2 ਹਿੱਸੇ ਹੋ ਗਏ, ਇਸ ਕਰਕੇ ਫਿਰ ਮੈਨੂੰ ਉਹਨਾਂ ਨੇ ਇਹ ਜੈਂਟਸ ਤੋਂ ਦਿੱਤੀ ਟਿਕਟ 22 ਨੰਬਰ ਵਾਰਡ 'ਚੋਂ। ਲੋਕਾਂ ਦਾ ਤੁਹਾਨੂੰ ਕਿਹੋ ਜਿਹਾ ਰਿਸਪੋਂਸ ਮਿਲ ਰਿਹਾ, ਕੀ ਕਹਿਣਾ? ਲੋਕਾਂ ਦਾ ਮੈਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ, ਲੋਕਾਂ ਨੇ ਮੈਨੂੰ ਰਾਣਾ ਜੀ ਨੂੰ ਮੈਂ ਘੱਟ ਜ਼ੋਰ ਲਾਇਆ, ਲੋਕਾਂ ਨੇ ਮੇਰਾ ਆਪਣੇ ਮੇਰੇ ਵਾਰਡ ਦੇ ਜਿਹੜੇ ਮੇਰੇ ਸੱਜਣ ਆ, ਮਿੱਤਰ ਆ, ਵਾਰਡ ਦੇ ਵੋਟਰ ਆ, ਉਹਨਾਂ ਨੇ ਜਾ ਕੇ ਰਾਣਾ ਜੀ ਨੂੰ ਅਪੀਲ ਕੀਤੀ ਵੀ ਸਾਨੂੰ ਕਾਲਾ ਇਸ ਵਾਰਡ ਦੇ ਵਿੱਚ ਦੁਬਾਰਾ ਚਾਹੀਦਾ, ਬਲਜੀਤ ਸਿੰਘ ਵੀ ਸਾਨੂੰ, ਚਲੋ ਪਿਆਰ ਨਾਲ ਮੈਨੂੰ ਕਾਲਾ ਕਹਿੰਦੇ ਆ ਇੱਥੇ ਵਰਕ ਆਪਣੇ ਲਾਗੇ ਵਾਲੇ ਦੀ ਵਿੱਚ, ਅਤੇ ਲੋਕਾਂ ਦੇ ਕੰਮ ਅੱਗੇ ਵੀ ਕਰਦੇ ਰਹੇ ਆ ਵੀ, ਅਤੇ ਹੁਣ ਵੀ ਅਸੀਂ ਉਸੇ ਹੀ ਆਪਣੀ ਕਰਾਂਗੇ ਵਾਰਡ, ਜਿੱਦਾਂ ਵੀ ਪਿਆਰ ਬਣਿਆ ਹੋਇਆ ਲੋਕਾਂ ਨਾਲ। ਆਉਣ ਵਾਲੇ ਭਵਿੱਖ 'ਚ ਵਾਰਡ ਲਈ ਕੀ ਸੁਵਿਧਾਵਾਂ ਤੁਸੀਂ ਦਿਓਗੇ? ਆਉਣ ਵਾਲੇ ਜਿਹੜਾ ਮੇਰਾ ਵਾਰਡ ਆ ਜੀ, ਉਹਦੇ ਵਿੱਚ ਮੇਰਾ 70-75% ਕੰਮ ਹੋ ਗਿਆ ਵਾ, 25% ਮੇਰਾ ਕੰਮ ਰਹਿ ਗਿਆ ਵਾ, ਕੁਛ ਸੜਕਾਂ ਦਾ, ਕੁਛ ਸੀਵਰੇਜ ਦਾ, ਕੁਛ ਲਾਈਟਾਂ ਦਾ, ਉਹ ਵੀ ਚੱਲ ਰਿਹਾ ਕੰਮ, ਚੋਣ ਜਾਬਤਾ ਲੱਗਣ ਦੀ ਵਜ੍ਹਾ ਕਰਕੇ ਸਾਨੂੰ ਕੰਮ ਥੋੜ੍ਹਾ ਜਿਹਾ ਡਿਲੇਅ ਕਰਨਾ ਪਿਆ, ਜਦੋਂ ਚੋਣ ਜਾਬਤਾ ਖੁੱਲ੍ਹ ਗਿਆ ਬਾਕੀ ਪੈਂਡਿੰਗ ਪਏ ਕੰਮ ਵੀ ਹੋ ਜਾਣਗੇ। ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਆਪਣੇ ਬਾਰੇ? ਮੈਂ ਆਪਣੇ ਵੀਰਾਂ ਨੂੰ ਇਹ ਅਪੀਲ ਕਰੂੰਗਾ ਵੀ ਜਿੱਦਾਂ ਤੁਸੀਂ ਮੇਰੇ 'ਤੇ ਪਹਿਲਾਂ ਭਰੋਸਾ ਕੀਤਾ, ਹੁਣ ਵੀ ਭਰੋਸਾ ਰੱਖੋ, ਤੁਹਾਡਾ ਭਰੋਸਾ ਅਜਾਇਆ ਨਹੀਂ ਜਾਏਗਾ।